जस पंजाबी देखते हुए सारे दर्शकों नू मेरे वालों प्यार भरी सत श्री अकाल तुहाडा स्वागत प्रोग्राम अज दा मुद्दा दे विच मैं तुहाडी होस्ट आशमिता सारे नू इस प्रोग्राम दे विच स्वागत करदे हां बहुत ही कुछ इंपोर्टेंट हेडलाइनस तुहाडे नाल अज दे प्रोग्राम दे विच शेयर करांगे कुछ डिटेल्ड एनालिसिस इन हेडलाइनस उत्ते भी तुहाडे नाल शेयर करांगे अज दी डेट दे विच अगर असीं ग्लोबल तौर ते वेखदे हां कोई भी हेडलाइन अफगानिस्तान तों हटके नहीं वड्डी अफगानिस्तान दे विच किस तरह US evacuation ने एक refugee crisis, एक human rights crisis create की है उस चीज़ की हर रोज सारे नू pictures, videos, you know, news reporting सुनने मिल रही हैं recently तालिबान ने यह भी बयान दिता in a press conference that जो United States की deadline हैगी August 31st की fully evacuate करन दी वह उस deadline नू नहीं extend करनगे and this comes despite the fact that hale vi afghanistan de vich jo ta afghani nationals hage jinna ne us military allied troops di madad kiti interpreters taur te paramilitary taur te ya local government set up kitiyan us help de naal ਉਹ ਤਾਂ ਸਾਰੇ ਹਲੇ ਵੇਟ ਕਰ ਹੀ ਰਹੇ ਹੈ ਕਾਫੀ ਇਵੈਕਿਊਏਸ਼ਨਸ ਹੋਈਆਂ ਹਨ ਬਟ ਮੋਸਟਲੀ ਜੋ ਮਤਲਬ ਟੈਨਸ ਆਫ ਥਾਊਜ਼ੰਡਸ ਆਫ ਅਫਗਾਨੀ ਲੋਕਲਸ ਹਨ ਉਹ ਹਲੇ ਵੀ ਵੇਟ ਕਰ ਰਹੇ ਹੈ ਕਿ ਉਹਨਾਂ ਨੂੰ ਵੀ ਕੋਈ ਜਗ੍ਹਾ ਮਿਲ ਜਾਏ ਕਿਸੇ ਵੀ ਪਲੇਨ ਦੇ ਵਿੱਚ ਕਿ ਉਹ ਅਫਗਾਨਿਸਤਾਨ ਤੋਂ ਨਿਕਲ ਸਕਣ ਬਟ ਮੋਰ ਇੰਪੋਰਟੈਂਟਲੀ ਔਰ ਮੋਰ ਸ਼ਾਕਿੰਗਲੀ ਮੈਂ ਕਹਾਂਗੀ ਹਲੇ ਤੱਕ ਅਫਗਾਨਿਸਤਾਨ ਦੇ ਵਿੱਚ ਅਮੈਰੀਕਨ ਨੈਸ਼ਨਲਸ ਵੀ ਫਸੇ ਹੋਏ ਹੈ ਮੈਂਬਰਸ ਆਫ ਦ ਮਿਲਟਰੀ ਮੈਂਬਰਸ ਆਫ ਪੈਰਾਮਿਲਟਰੀ ਕੰਟਰੈਕਟਰਸ ਜਰਨਲਿਸਟ ਰਾਈਟ ਸੋ ਦੇਰ ਇਜ਼ ਸਟਿਲ ਥਾਊਜ਼ੰਡਸ ਆਫ ਪੀਪਲ ਜੋ ਕਿ ਅਫਗਾਨੀ ਨੈਸ਼ਨਲਸ ਨਹੀਂ ਹੈਗੇ ਜੋ ਹਲੇ ਤੱਕ ਅਫਗਾਨਿਸਤਾਨ ਦੇ ਵਿੱਚ ਉਡੀਕ ਰਹੇ ਕਿ ਕਦੋਂ ਸਾਨੂੰ ਐਕਸਟ੍ਰੈਕਟ ਕੀਤਾ ਜਾਊਗਾ ਇੱਥੋਂ ਐਂਡ ਅਗਸਤ 31st ਇਜ਼ ਰਾਈਟ ਅਰਾਊਂਡ ਦ ਕੋਰਨਰ in fact AV reporting sunne nu mili ke taliban ne kabul airport da safar block kita hoya band kita hoya and unna de vallon eh bayan ditta gaya si ki is area nu is karke assi blockades lagayi hoye checkpoints lagaye hoye because assi nahi chahnde ke you know itthe jyada bheed hoye itthe jyada loki matlab inni vaddi ginti ch aan and they also said ke united states nu eh cheez nahi karni chahidi ki afghani ਨੈਸ਼ਨਲਸ ਨੂੰ ਕਹਿਣ ਕਿ ਤੁਸੀਂ ਅਫਗਾਨਿਸਤਾਨ ਤੋਂ ਨਿਕਲ ਸਕਦੇ ਹੋ ਤਾਲਿਬਾਨ ਦੇ ਸਪੋਕਸਮੈਨ ਨੇ ਇਹ ਵੀ ਕਿਹਾ ਕਿ ਅਫਗਾਨਿਸਤਾਨ ਨੂੰ ਐਜੂਕੇਟਡ ਪ੍ਰੋਫੈਸ਼ਨਲਸ ਦੀ ਲੋੜ ਪੈਣੀ ਹੈ ਐਂਡ ਅਗਰ ਉਹ ਐਜੂਕੇਟਡ ਪ੍ਰੋਫੈਸ਼ਨਲਸ ਨੂੰ ਜਾਣ ਦੇਣਗੇ ਤਾਂ ਕੰਟਰੀ ਦੇ ਵਿੱਚ ਸਾਇੰਟਿਸਟ ਐਜੂਕੇਟਰਸ ਪ੍ਰੋਫੈਸਰਸ ਲੋਇਰਸ ਸਿਵਲ ਸਰਵੈਂਟਸ ਕੌਣ ਬਣੂਗਾ ਸੋ ਇਟਸ ਅ ਵੈਰੀ ਇੰਟਰਸਟਿੰਗ ਸਿਚੁਏਸ਼ਨ ਜੋ ਅਫਗਾਨਿਸਤਾਨ ਦੇ ਵਿੱਚ ਡਿਵੈਲਪ ਹੋ ਰਹੀ ਹੈ ਬਟ ਇਹਦੇ ਵਿੱਚ ਇੱਕ ਛੋਟੀ ਜਿਹੀ ਮੈਂ ਕਹਾਂਗੀ ਪੋਜ਼ਿਟਿਵ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਇੰਡੀਆ ਨੇ 77 ਇੰਡੀਵਿਜੂਅਲਸ ਨੂੰ ਅਫਗਾਨਿਸਤਾਨ ਤੋਂ ਕੱਢਿਆ ਉਹਦੇ ਵਿੱਚੋਂ 46 ਅਫਗਾਨੀ ਸਿੱਖ ਵੀ ਸੀਗੇ ਅਤੇ ਤਿੰਨ ਬਾਬਾ ਜੀ ਦੇ ਸਰੂਪ ਵੀ ਐਕਸਟ੍ਰੈਕਟ ਕੀਤੇ ਗਏ ਖਾਸ ਕਰਕੇ ਕਾਬੁਲ ਗਜ਼ਨੀ ਅਤੇ ਜਲਾਲਾਬਾਦ ਗੁਰਦੁਆਰਿਆਂ ਤੋਂ ਇਹ ਬੀੜਾਂ ਨੂੰ ਲੈ ਕੇ ਆਏ ਅਤੇ ਇੰਡੀਆ ਇਹ ਪਹੁੰਚ ਗਏ ਹੈ ਯੂ ਨੋ ਇੱਕ ਇੱਕ ਇੰਡੀਵਿਜੂਅਲ ਦੀ ਲਾਈਫ ਵੀ ਅੱਜ ਦੀ ਡੇਟ ਦੇ ਵਿੱਚ ਮਾਇਨੇ ਰੱਖਦੀ ਹੈ ਸੋ ਜਿੱਥੇ ਟੈਨਸ ਆਫ ਥਾਊਜ਼ੰਡਸ ਵੇਟ ਕਰ ਰਹੇ ਹੈ ਸਾਨੂੰ ਇਸ ਚੀਜ਼ 'ਤੇ ਜ਼ਰੂਰ ਅਪਰੀਸ਼ੀਏਟਿਵ ਹੋਣਾ ਚਾਹੀਦਾ ਕਿ ਐਟਲੀਸਟ 77 ਉਹਨਾਂ ਦੇ ਵਿੱਚੋਂ ਇੰਡੀਆ ਪਹੁੰਚ ਚੁੱਕੇ ਉਹਨਾਂ ਦੇ ਵਿੱਚੋਂ ਕਾਫੀ ਸਾਡੇ ਸਿੱਖ ਵੀ ਇਨਵੋਲਵ ਸੀਗੇ ਸੋ ਦੈਟਸ ਗੁੱਡ ਨਿਊਜ਼ ਨਿਊਯਾਰਕ ਸਟੇਟ ਦੇ ਵਿੱਚ ਇੱਕ ਵੱਡੀ ਖਬਰ ਕੈਥੀ ਹੋਲਚਮ ਵੀ ਹੈਵ ਅ ਨਿਊ ਗਵਰਨਰ ਨਿਊਯਾਰਕ ਸਟੇਟ ਦੀ ਪਹਿਲੀ ਫੀਮੇਲ ਗਵਰਨਰ ਕੈਥੀ ਹੋਚਲ ਦੀ ਕੱਲ੍ਹ ਸਵੇਰਿੰਗ ਇਨ ਸੈਰੇਮੋਨੀ ਹੋਈ ਐਂਡ ਦਿਸ ਇਜ਼ ਯੂ ਨੋ ਵੰਸ ਅਗੈਨ ਕੈਥੀ ਹੋਲਚਲ ਨੂੰ ਇਲੈਕਟ ਨਹੀਂ ਕੀਤਾ ਗਿਆ ਸੀ ਸ਼ੀ ਬਿਕੇਮ ਗਵਰਨਰ ਬਿਕੋਜ਼ ਫੋਰਮਰ ਗਵਰਨਰ ਐਂਡਰੂ ਕੁਓਮੋ ਦੀ ਸੈਕਸ਼ੂਅਲ ਹਰਾਸਮੈਂਟ ਸਕੈਂਡਲ ਦੇ ਵਿੱਚ ਜੋ ਇਨਵੈਸਟੀਗੇਸ਼ਨ ਪਾਈ ਗਈ ਸੀ ਇਟ ਬੇਸਿਕਲੀ ਯੂ ਨੋ disqualified him to be leader of the state so unane apne walon hi resignation ditti and hun new york di pehli female governor kathy hochul delhi oh jagah khali hui hai but you know it's kind of interesting new york jo ki ni progressive state hai ki
ਪਹਿਲੀ ਫੀਮੇਲ ਗਵਰਨਰ ਐਂਡ ਇਟਸ ਨਾਟ ਯੂ ਨੋ ਨਿਊਯਾਰਕ ਕੋਈ ਇਹਦੇ ਵਿੱਚ ਅਕੇਲਾ ਨਹੀਂ ਹੈਗਾ ਬਿਕੋਜ਼ ਐਜ਼ ਯੂ ਕੈਨ ਸੀ 19 ਸਟੇਟਸ ਯੂਨਾਈਟਡ ਸਟੇਟਸ ਦੀ 50 ਸਟੇਟਸ ਵਿੱਚੋਂ 19 ਸਟੇਟਸ ਦਾ ਕਦੀ ਵੀ ਫੀਮੇਲ ਉਹਨਾਂ ਦੀ ਗਵਰਨਰਸ਼ਿਪ ਨਹੀਂ ਰਹੀ ਹੈ ਸੋ ਯੂ ਨੋ ਇਟਸ ਡੈਫੀਨਟਲੀ ਅ ਸਟੈਪ ਇਨ ਦ ਰਾਈਟ ਡਾਇਰੈਕਸ਼ਨ ਯੂ ਕੈਨ ਈਵਨ ਸੀ ਦ ਮੈਪ ਆਫ ਕਿਨ ਕਿਨ ਸਟੇਟਸ ਦੇ ਵਿੱਚ ਕਿੱਦਾਂ ਸਪਲਿਟ ਹੋਇਆ ਬਟ coming to the main news today khas karke united states the audience layi eh bahut vaddi ik main kahangi it is a step forward in the fight against covid kal tusi zarur eh khabar suni honi agar kal nahi suni ajj suni honi agar ajj nahi suni te main hun tonu das dindi ha the fda united states the food drug administration ne officially Pfizer biotech vaccine nu fully approved karta hai this is a very very big deal hale tak a vaccine te baki do vaccines the Moderna as well as the Johnson and Johnson nu emergency use authorization ditti hui si lekin full approval nahi ditta hoya si because the FDA has a process unna nu time lagda hai but that being said this was the quickest approval inni cheti FDA ne kadi bhi koi bhi drug mass usage liye approve nahi kita that just goes to show you the seriousness of the vaccine of covid and kinna important hai ke tusi bhi vaccinate ho but eh jo hun navi you know full official approval hai ga what does it mean right how is it different ede bare gal karange and more importantly jithe delta variant di gal aandi hai a vaccine te is approval de naal a vaccine di jo fight hai gi oh kis tarah improve hoegi ohdi vi main thodi ji hor tonu in depth jankari dasna chahundi hai but most importantly is vaccine approval de naal almost immediately sanu vak vak government te private sectors de vich mandates vekhan nu mile right so just yesterday new york city and new jersey state ne is approval to baad mandate order kita ke sare school teachers in areas de vich vaccines lawa ke aan you know chevron the company unane ek private entity de taur te bhi a vaccine the mandate impose kita as a result of this full approval and it's expected that the army the military will follow suit because hun jadon e full approval ho gaya it kind of you know makes it official ke any vadi vadi companies keh sakdi hain ki dekho ye fda approved drug hega and this is a matter of public health and so we will mandate all of our employees or you know folks that are in the network of our entity is sare nu vaccine lavani paini chahidi hai but ਇਹਦੇ ਉੱਤੇ ਹੋਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੁਝ ਮੈਡੀਕਲ ਓਪੀਨੀਅਨਸ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਸਾਡੇ ਗੈਸਟ ਇੱਕ ਮੈਡੀਕਲ ਪ੍ਰੋਫੈਸ਼ਨਲ ਸਾਨੂੰ ਜੁਆਇਨ ਕਰ ਰਹੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਯੂਨਾਈਟਿਡ ਸਟੇਟਸ ਦੇ ਵਿੱਚ ਸਭ ਤੋਂ ਵੱਡੀ ਨਿਊਜ਼ ਅੱਜ ਦੀ ਡੇਟ ਦੇ ਵਿੱਚ ਇਹੀ ਹੈਗੀ ਕਿ FDA ਵੱਲੋਂ ਦਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਅਫੀਸ਼ੀਅਲ full approval de deta hai Pfizer biotech vaccine nu so you know is cheez bare of course toade kafi questions hone saade questions hai ge specifically that a approval what does it even mean already a vaccine ditti ja rahi si a Pfizer di vi Moderna di vi te Johnson and Johnson di vi pichle you can say late December to a vaccine administer ho rahi hai te ajj di ਦੇ ਵਿੱਚ ਇਸ FDA ਅਪਰੂਵਲ ਦੀ ਕੀ ਅਹਿਮੀਅਤ ਹੈ ਇਹਦੀ ਗੱਲ ਕਰਾਂਗੇ ਸੋ ਇਸ ਚੀਜ਼ ਦੇ ਵਿੱਚ ਸਾਨੂੰ ਇੱਕ ਐਕਸਪਰਟ ਮੈਡੀਕਲ ਓਪੀਨੀਅਨ ਦੇਣ ਲਈ ਜੁਆਇਨ ਕਰ ਰਹੇ ਹੈ ਸਾਡੇ ਫ੍ਰੀਕੁਐਂਟ ਮੈਡੀਕਲ ਕੰਟਰੀਬਿਊਟਰ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਫਰੋਮ ਨਿਊਯਾਰਕ ਡਾਕਟਰ ਸੁਨੀਲ ਮਹਿਰਾ ਸਭ ਤੋਂ ਪਹਿਲਾਂ ਡਾਕਟਰ ਮਹਿਰਾ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ Good to have you Dr. Mehra as always a fellow New Yorker Dr. Mehra sab to pehle main yahi puchna chahungi FDA the Food and Drug Administration ne e jo official and full approval Pfizer vaccine nu ditta hai what does that even mean is essentially eda kehne da matlab hai ki unhone hazaron sainkdeyan pejan nu dekh ke jinni sari studies as vaccination te hoyi hain dusra inna da use de naal ਪਿਛਲੇ 10-8-9 ਮਹੀਨਿਆਂ ਤੋਂ ਜੋ ਯੂਜ਼ ਹੋਇਆ ਸੋ ਦੇ ਵੈਂਟ ਥਰੂ ਰਿਗੋਰਸ ਆਲ ਦਾ ਐਕਸਪੈਰੀਮੈਂਟਲ ਡਾਟਾ ਆਲ ਦਾ ਰੀਅਲ ਲਾਈਫ ਡਾਟਾ
and after reviewing all, they gave a universal approval key. There's no content, nothing. You should use this. So it gives a confirmation that this is an effective vaccine. It is an important vaccine, and it is important for use in people above age of 16 or above. So I think if FDA approval means a lot, because pehle jo to emergency use ho aisi udon we needed it as an urgent ki eh hi available hai, but now they have confirmed it ki yes, the decision jehda ki FDA ne pehle as emergency use lita si was the right one, because hun enna jyada sare world ch use ho chuka hai. As these last few weeks ago when 168 million nu America ji mil chuka hai, ਇਹਦੇ ਦੌਰਾਨ ਉਹਨਾਂ ਨੇ ਜਿਹੜਾ ਸਾਰਾ ਸਟੱਡੀ ਡਾਟਾ ਰਿਸਰਚ ਅਪਰੂਵਲ ਸਾਰੇ ਪੇਪਰ ਰਿਵਿਊ ਕਰਕੇ ਦੇ ਕੇਮ ਟੂ ਦਿਸ ਕਨਕਲੂਜਨ ਦੈਟ ਦਿਸ ਇਜ਼ ਐਨ ਇਫੈਕਟਿਵ ਐਮ ਆਰ ਐਨ ਏ ਵੈਕਸੀਨ ਐਂਡ ਇਟ ਇਜ਼ ਗੋਇੰਗ ਟੂ ਹੈਲਪ ਦ ਕਮਿਊਨਿਟੀ ਐਂਡ ਵੀ ਹੈਵ ਸੀਨ ਇਟ ਇਟਸ ਹੈਲਪਿੰਗ जी डॉक्टर मेहरा, यू नो वन ऑफ द थिंग्स जो पिछले मैं कहूँगी 24 घंटे हेडलाइनस बन के निकल रही हूँ, ये भी एक एस्पेक्ट हैगा इस पूरी स्टोरी का, दैट इफ FDA दी सब तो स्पीडी अप्रूवल सी इस वैक्सीन दैट इट इज़ वन ऑफ द फैसटैस एवर इन हिस्टरी, राइट? सो ओद ऑफकोर्स लोगों के कुछ कंसर्नस इतने उठते हैं, स्पैशली दोस्त जो हले तक वैक्सीनेट नहीं हुए, शायद वो वेट कर रहे थे कि यू नो फुल अप्रूवल होए फिर वो वैक्सीन लवान, तो हूँ वो कह रहे कि देखो इन्नी तेजी नाल अप्रूवल दिता गया है दैट ये कुछ इशूज तो नहीं हो सकते. सो ये यू नो basically what would you respond to the speed with which emergency use se approve hai si, we have discussed that kuch mahine pehle, par hun ta unhone sara check karke sara research sare jehde papers all over the world going through each data which was done by Pfizer, BioNTech and now real life data, they reached the conclusion that this is an effective important vaccine which should be used by anybody above 16 or above, and also jehde bacche 12 to 15 ode ch emergency use se approval hai, kuch agle kuch mahine ch they will get approved just like that, permanent and all well approval. Ji, and you know Dr. Mehra, just from a personal you know experience, loka de naal vaccine bare jadon gall hundi hai, so everyone's like okay, you know ਕਿਹੜੇ ਵਾਲੀ ਵੈਕਸੀਨ ਲਵਾਈ ਹੈ, ਹੈਨਾ? ਇਜ਼ ਇਟ ਫਾਈਜ਼ਰ, ਡਿਜ ਯੂ ਗੈਟ ਮੋਡਰਨਾ, ਡਿਜ ਯੂ ਗੈਟ ਜਾਨਸਨ ਜਾਨਸਨ, ਐਂਡ ਦੇਅਰ ਇਜ਼ ਲਾਈਕ ਲੋਕਾਂ ਦੇ ਵਿੱਚ ਇਹੋ ਜਿਹਾ ਮਾਈਂਡਸੈਟ ਬਣ ਗਿਆ ਕਿ ਇੱਕ ਵੈਕਸੀਨ ਦੂਜੇ ਤੋਂ ਜ਼ਿਆਦਾ ਬਿਹਤਰ ਹੈ, ਦੈਟ ਫਾਈਜ਼ਰ ਮੇ ਬੀ ਦਾ ਬੈਟਰ ਵਨ, ਐਂਡ ਦਿਸ ਅਪਰੂਵਲ FDA ਦਾ ਸਭ ਤੋਂ ਪਹਿਲੇ ਫਾਈਜ਼ਰ ਨੂੰ ਅਪਰੂਵ ਕਰਨਾ, ਸ਼ਾਇਦ ਉਸ ਮਾਈਂਡਸੈਟ ਦੇ ਵਿੱਚ ਥੋੜ੍ਹਾ ਜਿਹਾ ਹੋਰ ਉਸ ਅੱਗ 'ਚ ਤੇਲ ਪਾ ਰਿਹਾ, ਰਾਈਟ? ਬਟ ਇਨ ਟਰਮਸ ਆਫ ਲਾਈਕ ਦ ਕੁਆਲਿਟੀ ਔਰ ਕੰਪੇਰੇਬਿਲਿਟੀ ਆਫ ਦ ਵੈਕਸੀਨਸ, ਯੂ ਨੋ ਇਜ਼ ਦੇਅਰ ਐਨੀ ਇਨਫੋਰਮੇਸ਼ਨ ਦੈਟ ਯੂ ਕੈਨ ਸ਼ੇਅਰ ਕਿ ਬਾਕੀ vaccines ਨੂੰ ਕਦੋਂ ਅਪਰੂਵਲ? ਆਈ ਥਿੰਕ ਵਨ ਥਿੰਗ ਵੀ ਹੈਵ ਲਰਨਡ ਇਵਨ ਬਿਫੋਰ ਦੈਟ EUA ਵਾਸ ਕਿ ਫਾਈਜ਼ਰ, ਮੋਡਰਨਾ, ਜੌਨਸਨ ਜੌਨਸਨ, ਦੇ ਆਰ ਆਲ ਇਫੈਕਟਿਵ, ਆਲਮੋਸਟ ਫਾਈਜ਼ਰ 9 ਐਂਡ ਮੋਡਰਨਾ 96-98, ਸੇਮ ਥਿੰਗ ਵੈਨ ਯੂ ਗਿਵ ਜੌਨਸਨ 1 ਇਟਸ ਅਬਾਊਟ 68, ਬਟ ਆਫਟਰ 4 ਵੀਕਸ ਜਦੋਂ ਇਮਿਊਨ ਰਿਸਪੌਂਸ ਹੋ ਜਾਂਦਾ ਹੈ, ਇਟ ਵਾਸ ਅਗੇਨ 95-96% ਫਾਰ ਪ੍ਰੀਵੈਂਟਿੰਗ ਸੀਰੀਅਸ ਡਿਜ਼ੀਜ਼, ਹਸਪੀਟਲਾਈਜੇਸ਼ਨ ਐਂਡ ਡੈਥ. So they are equally effective. Yes, Pfizer was fast because they had done data all collected, they got it approved by FDA. Another few weeks Moderna will offer that, another few weeks I think Johnson & Johnson will come up. So one thing is for sure, any vaccination you get is good right now, because Pfizer asked for approval first, they went through this data, almost combed through very very cautiously, and they came up with this conclusion that this is universally approved for preventing this. Jade question, nama question jada khada ho reha hai ki booster di dose da. Haan ji. Oh, je tusi kaho te oh data waise it was published mostly from Israel. Kyunki Israel small country for few million people and 80% population utthe vaccinated hai. Unhone realize kita ki after 4 months or so, even though ਕੁਝ ਲੋਕ ਜਿਹੜੇ ਸਾਡੇ ਵੈਕਸੀਨੇਟਡ ਨੇ ਉਹ ਕਹਿੰਦੇ ਨੇ ਕਿ ਸਾਡਾ ਐਂਟੀਬਾਡੀ ਹਾਲੇ ਵੀ ਹੈਗੇ ਪੋਜ਼ਿਟਿਵ, ਬਟ ਦੇ ਫੈਲਟ ਬਿਕੋਜ਼ ਆਫ ਦਿਸ ਡੈਲਟਾ ਵੇਰੀਐਂਟ ਦ ਇਫੈਕਟਿਵਨੈਸ ਆਫ ਫਾਈਜ਼ਰ ਵਿਚ ਇਜ਼ ਦ ਵਨ ਵਿਚ ਵਾਸ ਯੂਜ਼ਡ ਇਨ ਇਜ਼ਰਾਈਲ
effectiveness after about 8 months is reduced to about 38-40%. So once you give booster, which is ideally after 8 months of this, some people say even 6 months, but the data which they have reviewed, this is not again, this is the FDA is going to look into when to give right booster, but at least our government has approved that booster should be given first to people who are immune compromised, basically, you know, the immune system bada kamzor hai, your doctor, nurses, hospital workers, teachers, jehde bachiyan naal contact honge, the booster dose should be given 8 months later. And FDA is looking into this. They're expecting by middle of September or end of September, the booster doses will be sent to the states. जी आई मीन ऑन वन हैंड इट्स ग्रेट टू हियर कि तीजा शॉट ऑलरेडी मतलब प्लानिंग दे विच हैगी एटलीस्ट इस कंट्री दे विच ओदी प्लानिंग चल रही है पर काइंड ऑफ इज वियर्ड टू थिंक दैट यू नो हले भी दुनिया के एहो जे मुल्क हैगे जिन्हां दे विच पहली डोज भी नहीं प्रॉपरली एडमिनिस्टर हो रही उन्हां दे कोल एक्सेस नहीं हैगा एंड यू नो वी ऑल हैव द लग्जरी ऑफ गेटिंग द थर्ड डोज ऑलरेडी लाइंड अप बट डॉक्टर मेरा वन बिग क्वेश्चन दैट कीप्स coming up again is with the younger children, right? So hale koi definitive timeline nahi parents nu nahi mil rahi, administrators nu nahi detail jankari mil rahi. As a medical professional, bachchiyan di vaccine nu laake khaas karke under 12, right? Because 12 and up has emergency use, just na tusi sanu dass rahe si, but 12 saal to thalle wale bachchiyan layi ki timeline hai gi, kinna kuna nu khatra hai is covid khaas karke is nave delta variant to. What should we be looking out for? Very cautious. Bachcha must say data is already being developed. The studies are undergoing, but I cannot give official. It's not approved yet. But in next 3-4 months, we'll get the data. There are a lot of kids up to like Rhode Island. There are certain centers which are getting it done. So, as we say, because Delta is a very communicable. It is spreading from one, even the people who are partially vaccinated or fully vaccinated. Yeah. So it is, the kids are going to be reservoir. Bache, thank God they're not getting bad disease. So this is one thing. If kids less than 12 are going to a party or people are going party with the kids are going to be there, please take the mask. Yeah. Proper mask, not the decorative sari nal match. Sari nal nahi. Dr. Mehra, you just said something. उत्ते बहुत ही ज़्यादा चर्चा चल रही है इस कंट्री दे विच ऑफकोर्स मास्क मैंडेट्स वो भी स्कूल्स दे विच एंड इन जनरल एंड यू नो विद दिस न्यू वैक्सीन अप्रूवल होर मैंडेट्स बारे सानू सुनने नू मिले आई वांट टू टॉक टू यू अबाउट दिस एक छोटी जी ब्रेक लिए रुक रहे हैं डॉक्टर सुनील मेहरा इस तरह साढ़े नाल जुड़े रहो व्यूअर्स तुसी भी किथे ना जाओ बहुत इंपॉर्टेंट जानकारी इस नवी वैक्सीन अप्रूवल ते मैंडेट्स नू लैके तुहाडे नाल शेयर करांगे ब्रेक तो उस पार ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਯੂਨਾਈਟਿਡ ਸਟੇਟਸ ਦੇ ਵਿੱਚ ਸਭ ਤੋਂ ਵੱਡੀ ਖਬਰ ਅੱਜ FDA ਦੀ ਅਪਰੂਵਲ ਨੂੰ ਲੈ ਕੇ ਕਿ FDA ਨੇ ਕਿਸ ਤਰ੍ਹਾਂ ਫਾਈਜ਼ਰ ਵੈਕਸੀਨ ਨੂੰ ਫੁੱਲ ਅਪਰੂਵਲ ਦਿੱਤਾ ਹੈ ਅਫੀਸ਼ੀਅਲ ਤੌਰ ਤੇ ਇਹਦੇ ਉੱਤੇ ਸਾਡੇ ਨਾਲ ਐਕਸਪਰਟ ਇਨਸਾਈਟ ਸ਼ੇਅਰ ਕਰਨ ਲਈ ਜੁਆਇਨ ਕਰ ਰਹੇ ਸਾਡੇ ਗੈਸਟ ਫਰਮ ਨਿਊਯਾਰਕ ਸਿਟੀ ਡਾਕਟਰ ਸੁਨੀਲ ਮਹਿਰਾ ਡਾਕਟਰ ਮਹਿਰਾ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਵਾਗਤ ਕਰਦੇ ਹਾਂ ਯੂ ਨੋ ਤੁਸੀਂ ਕਾਫੀ ਸਾਨੂੰ ਡਿਟੇਲ ਜਾਣਕਾਰੀ ਦਿੱਤੀ ਕਿ ਇਹ FDA ਦਾ ਅਪਰੂਵਲ ਇਹਦਾ ਮੀਨਿੰਗ ਕੀ ਹੈਗਾ ਰਾਈਟ ਬਿਕੋਜ਼ FDA ਨੇ ਐਮਰਜੈਂਸੀ ਯੂਸ ਆਥੋਰਾਈਜੇਸ਼ਨ ਦਿੱਤੀ ਹੋਈ ਸੀ ਵੈਕਸੀਨਸ ਲਈ ਦੈਟਸ ਵਾਈ ਇਹ ਵੈਕਸੀਨਸ ਐਡਮਿਨਿਸਟਰ ਹੋ ਰਹੀਆਂ ਇੰਨੀ ਤੇਜ਼ੀ ਦੇ ਨਾਲ ਬਟ ਹੁਣ ਇਹ ਫੁੱਲ ਅਪਰੂਵਲ ਇੱਕ ਨਵਾਂ ਦਰਵਾਜ਼ਾ ਖੋਲ੍ਹਦਾ ਇਨ ਟਰਮਸ ਆਫ ਮੈਂਡੇਟਸ ਇਨ ਟਰਮਸ ਆਫ ਥਿੰਗਸ ਦੈਟ ਕੰਪਨੀਜ ਲੋਕਲ ਗਵਰਨਮੈਂਟ ਸਟੇਟ ਗਵਰਨਮੈਂਟਸ ਈਵਨ ਫੋਕਸ ਯੂ ਨੋ ਲਾਈਕ ਦ ਮਿਲੀਟਰੀ ਦ ਆਰਮੀ ਉਹਨਾਂ ਨੂੰ ਇੱਕ ਕਿਸਮ ਦੀ ਹੁਣ ਪਾਵਰ ਮਿਲੀ ਹੈ ਟੂ ਮੇ ਬੀ ਮੈਂਡੇਟ ਦ ਵੈਕਸੀਨਸ ਰਾਈਟ ਇਨ ਨਿਊਯਾਰਕ ਸਿਟੀ ਵੀ ਆਰ ਹੀਅਰਿੰਗ ਅਬਾਊਟ ਦਿਸ ਫੋਰ ਦ ਸਕੂਲ ਸਿਸਟਮ ਡਾਕਟਰ ਮਹਿਰਾ ਯੂ ਨੋ ਅਫਕੋਰਸ ਯੂ ਆਰ ਤੁਸੀਂ ਕਮਿਊਨਿਟੀ ਵਿੱਚ ਬਹੁਤ ਵਿਚਰਦੇ ਹੋ ਯੂ ਆਰ ਵੈਰੀ ਐਕਟਿਵ ਬਟ ਯੂ ਆਰ ਆਲਸੋ ਮੈਡੀਕਲ ਪ੍ਰੋਫੈਸ਼ਨਲ ਰਾਈਟ ਤੁਹਾਡੇ ਖਿਆਲ 'ਚ ਇਹ ਵੈਕਸੀਨ ਨੂੰ ਲੈ ਕੇ ਮੈਂਡੇਟਸ ਕਿੰਨੇ ਕੁ ਹੱਦ ਤੱਕ ਅਪਲਾਈ ਹੋਣੇ ਚਾਹੀਦੇ ਵਿਚ ਸੈਕਟਰਸ ਸ਼ੁੱਡ ਬੀ ਮੈਂਡੇਟਡ ਐਂਡ ਵੇਅਰ ਡਜ਼ ਇਟ ਕ੍ਰੋਸ ਲਾਈਕ ਦੈਟ ਸਿਵਲ ਲਿਬਰਟੀਜ਼ ਲਾਈਨ I think, again, I'm not a politician, I'm a physician, and I strongly feel that it's an individual responsibility. There's a lot of rumors, gossips going around certain groups,
that they feel that no, it's not good. It's to make them sick or anything. Mm. This is not a government propaganda. It's a natural calamity. Jadi sade utte thuk diti gayi hai nature walu. I think we as good human being, as a citizen of any country, sade jaruri hai ki asi apne aap nu immune kariye. Asi flu injection har saal lagwani hai taki asi na bimar hoye, ghar de na bimar ho. So this is an important thing. Mandate only because of certain resistance by certain people. Like even New York City, just can they only 48% of the police people are vaccinated. Yeah. Nursing home, 38 to 43% people are not vaccinated. Mm. Teachers, lot of them. A sad part is I get ek do request mesha teacher ki doctor sir mainu note likh do ki mainu injection nahi chahiye. So I tell them tonu asthma hai, tonu diabetes hai, tonu rheumatoid arthritis, tusi steroid le rahe ho, tusi immune deficient ho. ਤੁਹਾਨੂੰ ਐਕਚੁਅਲੀ ਜ਼ਿਆਦਾ ਜ਼ਰੂਰਤ ਹੈ ਬਿਕੋਜ਼ ਥੀਸ ਪੀਪਲ ਗੈਟ ਸਿਕਰ ਦੇ ਡਾਈ ਫਾਸਟਰ ਇੱਕ ਜੁੜੀ ਇਹ ਕਹਿੰਦਾ ਕਿ ਮੈਂਡੇਟ ਇਜ਼ ਓਨਲੀ ਫਾਰ ਦੋਸ ਸਟਬਨ ਪੀਪਲ ਕਿ ਦੇ ਡੋਨਟ ਅੰਡਰਸਟੈਂਡ ਸਾਇੰਸ ਇਟਸ ਮੈਂਡੇਟ ਇਜ਼ ਇੰਪੋਰਟੈਂਟ ਬਿਕੋਜ਼ ਕਮਿਊਨਿਟੀ ਜਿਹੜੀ ਆਪਣੇ ਬੱਚਿਆਂ ਨੂੰ ਭੇਜ ਰਹੀ ਹੈ 12 ਸਾਲ ਤੋਂ ਥੱਲਿਆਂ ਨੂੰ ਇਫ ਦ ਟੀਚਰਸ ਆਰ ਨਾਟ ਵੈਕਸੀਨੇਟਡ ਸੋ ਵਟ ਇਜ਼ ਗੋਇੰਗ ਟੂ ਹੈਪਨ ਦੀਸ ਕਿਡਸ ਆਰ ਗੋਇੰਗ ਟੂ ਗੈਟ ਇਨਫੈਕਟਡ ਦ ਡੈਲਟਾ ਸਪਰੈਡਸ ਵੈਰੀ ਫਾਸਟ ਵਨ ਕਿਡ ਗੈਟਸ ਇਟ ਫਾਈਵ ਪੀਪਲ ਵਿਲ ਗੈਟ ਇਟ They come home, bujurg, grandparents will get it. So I think it's important. Je bache khach hai, tusi apne aap nu vaccinate karao. Still, if you're going to a party, tusi mask use karo. Hmm. Frequently haath dho, keep safe distance of few feet. It's jaruri hai. Stop doing the kitty parties. Stop. Meza apan gurdwara jaane hai, Friday jaane hai, Sunday jaane hai. Jodha gurpura hoa hai jaida. Par apan di air responsibility jarur leni hai. Thoda distance rakho. ਲੰਗਰ ਖਾਣ ਜਾਓ ਕੋਲ ਕੋਲ ਨਾ ਬੈਠੋ ਖਾਓ ਜ਼ਰੂਰ ਪਲੀਜ਼ ਕਿਉਂਕਿ ਸ਼ਰਧਾ ਤੁਹਾਡੀ ਸੋ ਦੀਜ਼ ਆਰ ਇੰਪੋਰਟੈਂਟ ਥਿੰਗ ਮੈਂਡੇਟ ਇਜ਼ ਇੰਪੋਰਟੈਂਟ ਕਿ ਆਪਾਂ ਜੇ ਐਜ਼ ਅ ਡਾਕਟਰ ਐਂਡ ਨਰਸ ਕਿ ਪੀਪਲ ਆਰ ਕਮਿੰਗ ਦੇ ਬਲੀਵ ਇਨ ਅਸ ਉਹਨਾਂ ਨੂੰ ਸਾਡੇ ਤੋਂ ਵਿਸ਼ਵਾਸ ਹੈ ਤੇ ਅਸੀਂ ਜੇ ਖੁਦ ਹੀ ਇਮਿਊਨਿਟੀ ਨਹੀਂ ਲਿੱਤੀ ਔਰ ਅਸੀਂ ਖੁਦ ਡਰੇ ਹਾਂ ਤੇ ਆਪਾਂ ਉਹਨਾਂ ਨੂੰ ਕੀ ਸਿਖਾਵਾਂਗੇ ਸੋ ਆਈ ਥਿੰਕ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ ਮੈਂਡੇਟ ਉਹਨ ਲੋਕਾਂ ਵਾਸਤੇ ਹੈ ਕਿਉਂਕਿ ਸਮਝਦੇ ਨਹੀਂ ਕਿ 1% can spread it to 40 people. Absolutely. So we think ke 6 feet agar distance, but that is tuhanu pata hai, assi nich maar de haan, 15-20 foot tak jaandi hai. Aram na. So nasal carrier is a very common thing. So mandate bahut zaruri hai because of these people who have some kind of mental resistance. Ki main side effect ho jayega, I cannot make a kid or anything. Absolutely false. Yeah. This is a safe drug, almost. Ji. Sunday hospital almost 65,000 people in Northwell got vaccinated but they have 120 people so I think we must get vaccinated mandate bahut zaruri hai I'm so glad to hear that Dr. Mehra and of course you know you're clearly on duty still your phone's running but that's okay we'll free you up soon Dr. Mehra you know jaan sirf main yahi thode to puchna nahi because you know it's the end of August right summer is winding down and of course summer to baad fall and fall de vich cold season flu season all these other seasons right there's already the delta variant what should we expect should we be worried about a third wave khaas karke jo ਵੱਡੇ ਸ਼ਹਿਰ ਹੈਗੇ ਜਿਸ ਤਰ੍ਹਾਂ ਨਿਊਯਾਰਕ ਜਿਹਦੇ ਵਿੱਚ ਆਬਾਦੀ ਜ਼ਿਆਦਾ ਹੈ ਲੋਕੀ ਦੇ ਕੈਨਟ ਹੈਲਪ ਬਟ ਬੀ ਇਨ ਕਲੋਸ ਹੈ ਨਾ ਕੁਆਰਟਰਸ ਟੂ ਈਚ ਅਦਰ ਤੁਸੀਂ ਟ੍ਰੇਨ ਲੈ ਰਹੇ ਹੋ ਕੰਮ ਤੇ ਜਾ ਰਹੇ ਹੋ ਕੁਝ ਵੀ ਤੁਸੀਂ ਕਰ ਰਹੇ ਹੋ ਗਰੋਸਰੀ ਸਟੋਰ ਦੇ ਵਿੱਚ ਇਟਸ ਅਨਅਵੋਇਡੇਬਲ ਆਉਣ ਵਾਲੇ ਮਹੀਨਿਆਂ ਦੇ ਵਿੱਚ ਵਟ ਕਾਈਂਡ ਆਫ ਟ੍ਰੈਂਡਸ ਕੈਨ ਵੀ ਐਕਸਪੈਕਟ ਔਰ ਡੂ ਯੂ ਥਿੰਕ ਦੈਟ ਇਹ ਪਿਛਲੇ ਸਾਲ ਤੋਂ ਸਿਚੁਏਸ਼ਨ ਬਹੁਤ ਵੱਖਰੀ ਹੈਗੀ ਹੈ ਇਟਸ ਡੈਫੀਨਿਟਲੀ ਡਿਫਰੈਂਟ ਕਿਉਂਕਿ ਆਲਮੋਸਟ ਸਾਡੀ ਲੈਸਿੰਗ ਨਾਸਾ ਕੌਮੀ ਜਿਵੇਂ 80% ਪੀਪਲ ਆਰ ਵੈਕਸੀਨੇਟਡ ਵਾਓ ਆਲ ਓਵਰ New York, more than 68% people are vaccinated with one or two. So, bada acha hai. Yeah. And now, ek ta disease jehdi hai, oh severe nahi hai. We are not seeing people dying. We are not seeing people getting very sick. But last 2 mahine, I have seen it coming. It is coming. It might peak in a month or two. So, that's why double mask important. No cloth mask, no industrial mask, surgical mask, or K95 or regular 95 are the better mask. Keep distance, keep washing your hands, traveling by subway, bada parhez rakho,
ਥੋੜਾ ਦੂਰ ਰਹੋ ਵਾਸ਼ ਦਾ ਸਾਈਡ ਰੇਲ ਜਿੱਥੇ ਤੁਸੀਂ ਬੈਠਦੇ ਹੋ ਠੀਕ ਵੈਰੀ ਇੰਪੋਰਟੈਂਟ ਥੀਸ ਪ੍ਰੀਕਾਸ਼ਨਸ ਆਰ ਇੰਪੋਰਟੈਂਟ ਜੀ ਜੀ ਆਮ ਸੋ ਗਲੈਡ ਯੂ نو ਆਮ ਸੋ ਗਲੈਡ ਦੈਟ ਯੂ ਕਾਈਂਡ ਆਫ ਕਲੈਰੀਫਾਈਡ ਦੈਟ ਇਨਫੋਰਮੇਸ਼ਨ ਬਿਕਾਜ਼ ਇੱਕ ਹੋਰ ਹੁਣ ਵੈਰੀਐਂਟ ਦਾ ਸੁਣਨ ਨੂੰ ਮਿਲਿਆ ਦ ਲੈਮਡਾ ਵੈਰੀਐਂਟ ਆਊਟ ਆਫ ਪੇਰੂ ਜਸਟ ਅ ਕੁਇਕ ਨੋਟ ਦਿਸ ਨਿਊ ਵੈਰੀਐਂਟ ਇਜ਼ ਇਟ ਡੈਡਲੀਅਰ ਦੈਨ ਡੈਲਟਾ ਔਰ ਮੋਰ ਇਨਫੈਕਸ਼ੀਅਸ ਇਜ਼ देयर ਐਨੀਥਿੰਗ ਵੀ ਨੀਡ ਟੂ ਬੀ ਵਰੀਡ ਅਬਾਊਟ ਦਿਸ ਨਿਊ ਵੈਰੀਐਂਟ It's just a variant, but right now Delta is the most virulent and most communicable. It काफी फैल रहा है, cause but relatively thank God it's not causing serious illness in people who are vaccinated. So that's the key here. That's the key. It's only a crisis now amongst the unvaccinated, right? So जरूर सारे अनु वैक्सीन लगानी चाहिए दी है. Thank you so much for your time, Dr. Sunil Mehra, as always. My best wishes to you and your channel. Wonderful work you are doing. Thank God bless you so much. Thank you so much, Doctor. Have a good rest of your evening. Sat Sri Akaal. इतनी एक छोटी सी ब्रेक ली रुकते हैं ब्रेक बाद कुछ और इन्फॉर्मेशन थोड़े नाल शेयर करांगे खास करके जिथे यू नो यूएस रिलेटेड मैंडेट्स वैक्सीन डिवेलपमेंट्स ते होर कुछ खबरां डिवेलप हो रही हैं मिलते हैं ब्रेक तो उस बार ब्रेक तो बाद सारे का स्वागत है एक बार फिर यू नो इस प्रोग्राम दे विच बहुत ही इंपॉर्टेंट इन्फॉर्मेशन तुहाडे नाल शेयर कर रहे हैं बिकॉज एट द एंड ऑफ द डे यू नो कोविड नू लैके पूरी दुनिया दे उत्ते ए तुसी कह लो ए क्राइसिस पई है बट एक क्राइसिस दा एक बहुत ही ईजी तो ऑबवियस सोल्यूशन भी हैगा एंड दैट इज़ द वैक्सीन अज की डेट दे विच जदों स्कूल खुल रहे हैं बच्चे वापस जा रहे हैं बच्चों की हॉस्पिटलाइजेशन वध रही है कोविड करके डेल्टा वेरिएंट करके यू नो दुनिया के यहोजे मुल्क हैगे जिथे वो तरस रहे हैं कि सानू तुसी एक भी डोज दे दो वैक्सीन की उन्होंने एक भी डोज नहीं मिल रही तो इतने अमेरिका दे विच ते बूस्टर शॉट्स की भी गल शुरू हो चुकी है तीजे डोज की भी गल शुरू हो चुकी है एंड अज जो फूड एंड ड्रग एडमिनिस्ट्रेशन ने ऑफिशियल तौर पर फाइजर बायोटेक वैक्सीन अप्रूवल देता है जिन्हें भी डाउट्स सिगे इस वैक्सीन नू लैके साइड इफेक्ट्स नू लैके इस चीज़ के नाल इस अप्रूवल के नाल वो डाउट्स उन्हें खत्म हो जाने चाहिए बिकॉज वंस अगैन the FDA you know this is a very serious process and you know main sirf yahi kehna chahndi hu of course you know I assume ki tusi kafi sare internet te bahut active ho paave ho social media hoye facebook hoye email khabran nu padhna this and that but jidda kehnde na whatsapp university te ek actual medical professional medical expert scientist de vich farak hunda hai so this is one of those things whatsapp university te social media de so called experts to dur hatke जो साइंटिस्ट्स कह रहे हैं जो इत्थे दी बहुत ही वेल एस्टैबलिश्ड ट्रस्टेड गवर्नमेंट एंटिटीज़ कह रही हैं उन्होंने सुनो तो वैक्सीन जरूर लवाओ अगर वैक्सीन नू लैके साडे कोई क्वेश्चन कॉमेंट्स कंसर्नस इस अप्रूवल नू लैके या बूस्टर शॉट्स नू लैके जिस तरह CDC ने अज ये भी रेकमेंड किया कि अगर तुसी हाई रिस्क हो तुसी बुजुर्ग हो तुहाडे होर कोई बीमारियां हैगियां तुहानू जिहदे करके तुहाडी इम्यूनिटी होर भी कॉम्प्रोमाइज हैगी एंड तुहाडे दूजे शॉट नूं अगर तुसी मॉडर्ना या फाइजर लवाया दूजे शॉट तो बाद 8 महीने हो चले है तुसी जरूर बूस्टर बारे पुछो एंड सेम थिंग विद जॉनसन एंड जॉनसन 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 दा एक शॉट हैगा पर अगर उस एक शॉट तो बाद 8 महीने हो चले है यू शुड लुक इन टू गैटिंग द बूस्टर एंड गवर्नमेंट इस बूस्टर लिए तैयारी भी कर रही है वंस अगैन साढ़े कोई क्वेश्चन कॉमेंट्स कंसर्न जरूर सानू लिख सकते हो info@justbroadcasting.com आशमिता@justbroadcasting.com हम मिलते हो इजाजत सत श्री अकाल